ਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਗਨ ਮੈਂ ਥਲ ਰਵ ਚੰਦ ਦੀਪਕ ਬਨ ਤਾਰਕ ਮੰਡਲ ਜਨਕ ਮੋਤੀ ਧੂਪ ਮਲਿਆ ਬਨ ਰਾਏ ਪੂਰਨ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਨ ਤੇਰੀ ਸਹਸਤਾ ਬਨੈਨ ਨਨਨ ਹੈ ਤੋਏ ਕੋ ਸਹਸ ਮੂਰਤ ਨਨ ਤੋਈ ਸਹਸ ਪਦ ਕਮਲਨ ਪਦ ਗੰਧ ਬਿਨ ਸਹਸ ਤਾਵ ਗੰਧ ਏਵੈ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕੈ ਜਾਣ ਸਭ ਮੈਂ ਜਾਣ ਗੁਰ ਸਾਖੀ ਜੋਤ ਪਰ ਜੋਤਿ ਸਪਾਵੈ ਸੁਆਰਤ ਗੋਇ ਵਾਰੇ ਚਰਨ ਕਮਲ ਜਪੈ ਨਾਮ ਲੈ ਤੁਝੇਗੀ ਪੁਜਾਰੇ ਨਾਮ ਤੇਰੋ ਦੀਵਾਨਾ ਤੇਰੋ ਬਾਤੇ ਨਾਮ ਤੇਰੋ ਤੇਲ ਲੈ ਮਾਗੇ ਪਸਾਰੇ ਨਾਮ ਤੇਰੇ ਕੀ ਮੈਂ ਜੋਤ ਲਗਾਏ ਜਯਾਰ ਪਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਭੂਲ ਮਾਰਾ ਸਗਲੇ ਜੁਟਾਰੇ ਤੇਰੋ ਕੀਆ ਤੁਝੇ ਨਾਮ ਤੇਰਾ ਤੂੰ ਤਵੇਰੇ ਟੁਲਾਰੇ ਦਸ ਅੱਠ ਅੱਠ ਸੱਠ ਚਾਰ ਕਾਣੀ ਵਰਤਨ ਸਗਲੇ ਸੰਸਾਰੇ ਕਹਿ ਰਵਿਦਾਸ ਨਾਮ ਤੇਰੂ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਧੂਪ ਦੀਪ ਕ੍ਰਿਤ ਸਾਰੇ ਆਰਤੀ ਹਰਨ ਜਾਉ ਸਮੇ ਕਮਲਾ ਪਦੀ ਮੰਗਲਾ ਹਰੇ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਉਤਮ ਦੇਰਾ ਨਿਰਮਲ ਪਾਤੇ ਰੰਗਨ ਸਮੇ ਕਮਲਾ ਪਤੀ ਭਗਤ ਰਮਾਨੰਦ ਜਾਨ ਪੂਰਨ ਪਰਮਾਨੰਦ ਬਕਾਨ ਮਦਨ ਮੁਰਤ ਪੈਤਾਰ ਗੋਬਿੰਦ ਸਹਿਣੇ ਪੜੇ ਬਾਜ ਪਰ ਮਾਨੰਦ ਸੁਣ ਸੰਧਿਆ ਤੇਰੀ ਦੇਵ ਦੇਵਾ ਕਰ ਪਦ ਆਦਿ ਸਮਾਏ ਸਿੱਧ ਸਮਾਧ ਤੇਰਾ ਅੰਤ ਨਹੀਂ ਪਾਇਆ ਲਾਗੇ ਰਵੇ ਸ਼ਰਨਾਏ ਲਿਹੋ ਆਰਤੀ ਪੁਰਖ ਨਿਰੰਜਨ ਸਤਿਗੁਰ ਪੂਜੇ ਪਾਏ ਪਾਂਡਵ ਬ੍ਰਹਮਾਨੀ ਗਮ ਵਿਚਾਰ ਤੇਰੋ ਹਲਕ ਨਲਕਿਆ ਜਾਏ ਬਤ ਤੇਲ ਨਾ ਬਾਤੇ ਦੀਪਕ ਤੇਲ ਜਯਾਰਾ ਜੋਤ ਲਾਏ ਜਗਦੀਸ ਜਗਾਇਆ
पूजा पूजन गारा पंच शब्द अनाहद बाजे संगे सारंग पानी कबीर दास तेरे आरती के निरंकार गोपाल तेरा दान सीधा मांगू की खुशी करे नित जियूं बने आशा धनी का नाग मंगू साथ सीता दो पैसे मंगू ना मेरी एक थादल तुरे चंगेरी वाहेगुरु हर के गिहन चंगी जन धन्ना ले रे मंगी गोपाल तेरा आरता गोपाल तेरा आरता सोड़ फूके भगत न की जय संत नरे नाम मैं ना ही किसी का देना माधु कैसी बने तुम संगे अपना देव तले वो मंगे दूसर मांगो चुना पाओ के उस संग लूना अधसर मांगो दाले मोको दोनों वक्त जिलाले काट मगो चापाए सहाना अवरित लाए ऊपर को मांगो कींदा तेरी भगत करे जाने ना मैं ना ही कीता लपो नाम तेरा मैं पप्पो वाहेगुरु कह कबीर मन माने तो वर जाने माधव कैसी बने दया कैसी बने तुम्हें संगे संगे अपना देव ताले वो मंगे मंगे सवैया पाए गए जब ते तुम्हारे तब ते को अरे नहीं आने सिमरत शास्त्र उम्मीद एक ना जाने सिर से पाल कृपा मैं कहने मैं ना कहूँ कंध पर ताप ते दिल वडे ऊपर ताप ते लोक जय जय करे कर नाम सद जा चतर चक्र भर ते चतर चक्र भुगे से सुजा सुबंग सर बजुगे ते दुका लंग प्रणासी ਸਿੱਖਾਂ ਮਨ ਵਧਾਈਆਂ ਗੁਰੂ ਰਾਮਦਾਸ ਮਹਾਰਾਜ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ ਸੋ ਆਪਾਂ ਪੜ੍ਹਨਾ ਹੈ ਸੋ ਸਾਰਿਆਂ ਨੇ ਕਿਰਪਾ ਕਰਨੀ
ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਧ ਸਿੰਘ ਜੀਓ, ਉਹ ਜੇ ਆਪ ਜੀ ਨੂੰ ਉਪਰਾਲਾ ਕੀਤਾ ਹੈ, ਆਪ ਜੀ ਸੇਵਾ 'ਚ ਬਿਨੇ ਹੈ, ਆਪ ਜੀ ਸੇਵਾ 'ਚ ਬਿਨੇ ਹੈ ਕਿ ਜਲਦੀ ਤੋਂ ਜਲਦੀ ਪੰਡਾਲ ਵਿੱਚ ਪੁੱਜ ਕੇ ਆਪਣੇ ਜਨਮ ਸਫਲੇ ਕਰੋ ਜੀ। ਆਪ ਜੀ ਨੇ ਜੀ ਬਿਨੇ ਗੁਰ ਸੰਗਤ ਵਿੱਚ ਆਉਣਾ ਬਹੁਤ ਵੱਡਾ ਉਪਰਾਲਾ ਹੈ। ਹੁਣ ਤੁਸੀਂ ਆਪ ਜੀ ਨੇ ਪੜ੍ਹਿਆ ਹੀ ਹੈ ਕਿ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ, ਬਾਹੇ ਗਏ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ। ਸਾਰੇ ਦੁਆਰਿਆਂ ਨੂੰ ਛੱਡ ਕੇ ਗੁਰੂ ਦੇ ਘਰ ਨਾਲ ਫੜਿਆ ਅਸਾਂ, ਅਤੇ ਗੁਰੂ ਦੇ ਲਾਲ ਫੜਨ ਵਾਸਤੇ ਅਸੀਂ ਆਪ ਸੰਗਤ 'ਚ ਆਓ, ਆਪਣੇ ਜਨਮ ਸਫਲੇ ਕਰੋ, ਸੁਸਤੀ ਛੱਡੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਸਿੱਖਾਂ ਮਨ ਵਧਾਈਆਂ, ਸੁਣਾਵੇ ਹਰ ਨਾਮ ਕੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੇ, ਸੋ ਲਗੇ ਗੁਰ ਵਧਾਈਆਂ।
ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਕਹਿ ਕੇ ਫਿਰ ਸਮਾਪਤੀ ਹੈ ਜੀ ਸਾਰਿਆਂ ਨੇ ਕਿਰਪਾ ਕਰ। ਨਿਰਜੁਰ ਨਰੋਪ ਹੋ ਕੇ ਸੁੰਦਰ ਸਰੋ ਨਿਰਜੁਰ ਨਰੋਪ ਹੋ ਕੇ ਸੁੰਦਰ ਸਰੂਪ ਹੋ ਨਿਰਜੁਰ ਨਰੋਪ ਹੋ ਕੇ ਸੁੰਦਰ ਸਰੂਪ ਹੋ ਨਿਰਜੁਰ ਨਰੋਪ ਹੋ ਕੇ ਸੁੰਦਰ ਸਰੂਪ ਉਪਨ ਕੇ ਪੋਪ ਹੋ ਪੂਪਨ ਕੇ ਪੋਪ ਹੋ ਕੇ ਦਾਤਾ ਮਹਾਦਾਨ ਹੋ ਨਿਰਜੁਰ ਨਰੋਪ ਹੋ ਕੇ ਸੁੰਦਰ ਸਰੂਪ ਨਿਰਜੁਰ ਨਰੋਪ ਹੋ ਕੇ ਸੁੰਦਰ ਸਰੂਪ ਰਾਜ ਕੇ ਬਚਿਆ ਦੁੱਧ ਪੂਤ ਕੇ ਦਵਈਆ ਰੋਗ ਸੋਗ ਕੇ ਮਟਿਆ ਕੀ ਦੁਮਾਨੀ ਮਹਾਮਾਏ ਰਾਜ ਕੇ ਬਚਿਆ ਦੁੱਧ ਪੂਤ ਕੇ ਦਵਈਆ ਰੋਗ ਸੋਗ ਕੇ ਮਟਿਆ ਕੀ ਦੁਮਾਨੀ ਮਹਾਮਾਏ ਮਾਨੀ ਮਹਾਮਾਨੇ ਹੋ ਨਿਰਜੁਰ ਨਰੋਪ ਹੋ ਕੇ ਸੁੰਦਰ ਸਰੂਪ ਹੋ ਨਿਰਜੁਰ ਨਰੋਪ ਹੋ ਕੇ ਸੁੰਦਰ ਸਰੂਪ ਹੋ ਉਪਨ ਕੇ ਪੋਪ ਹੋ ਉਪਨ ਕੇ ਪੋਪ ਹੋ ਕੇ ਦਾਤਾ ਮਹਾਦਾਨ ਹੋ ਨਿਰਜੁਰ ਨਰੋਪ ਹੋ ਕੇ ਸੁੰਦਰ ਸਰੂਪ ਹੋ ਨਿਰਜੁਰ ਨਰੋਪ ਹੋ ਕੇ ਸੁੰਦਰ ਸਰੂਪ ਹੋ ਵਿਦਿਆ ਕੇ ਵਿਚਾਰੋ ਅਵਤਾਰੋ ਕੇ ਸਿੱਧਤਾ ਕੀ ਸੂਰਤੋਂ ਕੇ ਸ਼ੁੱਧਤਾ ਕਿਸ਼ਾਨੋ ਸ਼ੁੱਧਤਾ ਕਿਸ਼ਾਨ ਹੋ ਸੁੰਦਰ ਸਰੂਪ ਹੋ ਨਿਰਜੁਰ ਨਰੋਪ ਹੋ ਕੇ ਸੁੰਦਰ ਸਰੂਪ ਹੋ ਉਪਨ ਕੇ ਪੋਪ ਹੋ ਉਪਨ ਕੇ ਪੋਪ ਹੋ ਕੇ ਦਾਤਾ ਮਹਾਦਾਨ ਹੋ ਨਿਰਜੁਰ ਨਰੋਪ ਹੋ ਕੇ ਸੁੰਦਰ ਸਰੂਪ ਹੋ ਨਿਰਜੁਰ ਨਰੋਪ ਹੋ ਕੇ ਸੁੰਦਰ ਸਰੂਪ ਹੋ ਜੋਬਨ ਕੇ ਜਾਲੇ ਹੋ ਕੇ ਕਾਲੇ ਹੋ ਕੇ ਕਾਲੇ ਹੋ ਸਤਰਨ ਕੇ ਸੂਰ ਹੋ ਕੇ ਮਿਤਰਨ ਕੇ ਤਾਰ ਹੋ ਜੋ ਬੁਲੇ
ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਸਾਹਿਬਾਂ ਦੇ ਛੋਟੇ ਸਾਹਿਬਜ਼ਾਦਿਆਂ ਦਾ ਪਾਵਨ ਪਿੱਤਰ ਸ਼ਹੀਦੀ ਦਿਹਾੜਾ ਇੱਥੋਂ ਦੀ ਸੰਗਤ ਵੱਲੋਂ ਮਨਾਇਆ ਜਾ ਰਿਹਾ ਹੈ। ਕਿਸੇ ਕਵੀ ਦੇ ਬੜੇ ਸੁੰਦਰ ਬਚਨ ਹਨ, ਛਾਏ ਜਾਤੀ ਏਕਤਾ ਅਨੇਕਤਾ, ਬੁਲਾਏ ਜਾਤੀ ਹੋਵਤੀ ਕੁਚੀਲਤਾ, ਕੁਤੇਵਨ ਪ੍ਰਾਨ ਕੀ ਪਾਪ ਪ੍ਰਭਗ ਜਾਤੇ, ਧਰਮ ਤਸਗ ਜਾਤੇ, ਵਰਨ ਗਰਕ ਜਾਤੇ, ਸਹਿਬ ਵਿਧਾਨ ਕੀ।
देवी देव दोरे संतोख सिंगा दूर होती री होते रीत मिट जाती कथा वेदन पुराण की। श्री गुरु गोविंद सिंह पावन पुरख सूर मूर्ति ना होती जो पै करनो निदान की। ना कहूं अब की ना कहूं तब की बात कहूं जब की अगर ना होते गुरु गोविंद सिंह तो सुन तो होती सब की। बोले सोनेहा, एक कवि ने होर बड़ा सुंदर बचन लिखे, वो कहिंदा सत रहिंदे ना कदे सतवंतियां दे ओयो खो खड़दा जेदा जोर हुंदा, जेकर चन्न पटने विच ना चढ़दा नक्शा देश दा होर दा होर हुंदा। एक कवि दे होर बड़े सुंदर बचन ने, कहिंदे दसम पिता ने पिता दी बली दे के रुड़दा हिंद दा धर्म बचा लिया है, पुत्र वारने दी तरतीब देखो दोहां दोहां दा जोड़ा बना लिया है, दो विच चमकौर दे वार के ते दोहां नूं नीहां दे विच चिणवा लिया है, रोशन करन लई हिंद दे चार कोने अपना दीवा चौमुखिया बजा लिया है। कलगीधर गुरु गोबिंद सिंह महाराज जी दे पर सरबंश दानी दे पर उपकारां दा जे हिंदुस्तान चाहे ना को बदला दे दिए ते नहीं दिता जा सकता। सो ऐसे दीन दयाल सतगुरु धन गुरु कलगीधर महाराज पातशाह जी दा चरणा नाल जुड़ के साहिबां दे, क्योंकि प्रबंधकां ने यह सुंदर उपराला किया जिहड़ा साडे बाद विच हुण कीर्तन होना ना, पंथ दे महान कीर्तनी भाई साहिब भाई मनिंदर सिंह जी श्रीनगर वाले। सो बेनती है प्रबंधकों ने इन्ने बोर्ड लाए इन्ना जतन किया इन्ना प्रबंध किया तो जे संगत फिर भी ना आए तो फिर की होए, संगत बड़ी उस हिसाब नाल घट है जिथे आवाज आती है। हुण भाई साहब ने भी कीर्तन आरंभ करना है, सो मेरे वालों भी हथ बन के बेनती है कि जिथे जिथे भी आवाज आती है जरूर गुरु के चरण भाई साहब इन्ने 100 किलोमीटर चल के साढ़े को आ गए पर साढ़े को घर चो चल के इतने तक नहीं पहुँचा गया। सो बेनती है जरूर साहिबां दे पावन दरबार विच आण के हाजरियां भरो, पुल चुक दी खेमा फतेह प्रवान। वाहिगुरु जी का खालसा, वाहिगुरु जी की फतेह।